ਜਦ ਥੋੜਾ ਅੱਜ ਜੜੇਕ ਪਿੰਡ ਪਹੁੰਚੇ ਹੋ ਸੀ ਕੁਲਵੰਤ ਸਿੰਘ ਦੇ ਘਰੇ ਪਰਿਵਾਰਾਂ ਤੋਂ ਸੰਜਾ ਕਰਨੀ ਹਾਂਜੀ ਮੈਂ ਅਫਸੋਸ ਕਰਨ ਆਇਆ ਹਾਂ ਔਰ ਕੁਲਵੰਤ ਸਿੰਘ ਦੀ ਸ਼ਹੀਦੀ ਨੂੰ ਸਲਾਮ ਕਰਨ ਆਇਆ ਹਾਂ ਉਸ ਮਾਂ ਦੇ ਦਰਸ਼ਨ ਕਰਨਾ ਆਏ ਜਿਸ ਮਾਂ ਨੇ ਉਹਨੂੰ ਜਨਮ ਦਿੱਤਾ ਔਰ ਦੇਸ਼ ਦੀ ਰਾਖੀ ਦੇ ਵਾਸਤੇ ਭੇਜਿਆ ਛੋਟੀ ਅਸੀਂ ਉਹ ਉਹਨਾਂ ਦੀ ਵਿਧਵਾ ਸਾਡੀ ਭੈਣ ਦੇ ਦਰਸ਼ਨ ਕੀਤੇ ਆ ਛੋਟੇ ਛੋਟੇ ਬੱਚਿਆਂ ਦੇ ਦਰਸ਼ਨ ਕੀਤੇ ਹੈ ਮੈਂ ਸਮਝਦਾ ਕਿ ਬਹੁਤ ਵੱਡੀ ਸ਼ਹਾਦਤ ਹੁੰਦੀ ਹੈ ਜਿਹੜਾ ਕੋਈ ਇਸ ਤਰ੍ਹਾਂ ਦੇਸ਼ ਦੀ ਸੇਵਾ ਨਿਮੋਦੇ ਨਿਮੋਦੇ ਆਪਦੀ ਜਾਨ ਦਿੰਦਾ ਹੈ ਸ਼ਹੀਦੀ ਦਿੰਦਾ ਹੈ ਚਲੇ ਤਾਂ ਸਭ ਨਹੀਂ ਜਾਣਾ ਤੁਸੀਂ ਮੈਂ ਸਭ ਨਹੀਂ ਚਲੇ ਜਾਣਾ ਇੱਕ ਨਾ ਇੱਕ ਨੇ ਲੇਕਿਨ ਇਹੋ ਜੇ ਲੋਕਾਂ ਦੀ ਕੁਰਬਾਨੀ ਹਮੇਸ਼ਾ ਦੁਨੀਆ ਪਿੰਡ ਵਾਲੇ ਲੋਕ ਯਾਦ ਕਰਦੇ ਔਰ ਉਹਨੂੰ ਸਲਾਮ ਕਰਦੇ ਇਸੇ ਤਰ੍ਹਾਂ ਹੀ ਪਤਾ ਲੱਗਿਆ ਸਰਪੰਚ ਸਾਹਿਬੁਰਾ ਨੇ ਇੱਥੇ ਦੱਸਿਆ ਕਿ ਇਹਨਾਂ ਦੇ ਪਿਤਾ ਜੀ ਵੀ 32 ਸਾਲਾਂ ਦੀ ਉਮਰ ਦੇ ਵਿੱਚ ਕਾਰਗਿਲ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਕਿੱਡੀ ਫਕਰ ਦੀ ਗੱਲ ਹੈ ਵੈਸੇ ਤਾਂ ਘਰ ਵਾਲਿਆਂ ਦਾ ਤਾਂ ਚਲੋ ਕਿ ਦੋ ਲੋਕਾਂ ਦਾ ਚਲੇ ਜਾਣਾ ਬਹੁਤ ਅਫਸੋਸ ਹੈ ਇਸ ਗੱਲ ਦਾ ਉਹ ਭਰਮਾਈ ਨਹੀਂ ਹੋ ਸਕਦੀ ਲੇਕਿਨ ਪਿਤਾ ਵੀ ਸ਼ਹੀਦੀ ਪ੍ਰਾਪਤ ਕਰਕੇ ਗਿਆ ਔਰ ਪਤਾ ਲੱਗਿਆ ਕਿ ਪਿਤਾ ਇਹ ਗੱਲ ਕਹਿ ਕੇ ਗਿਆ ਸੀ ਕਿ ਮੈਂ ਚਾਹੁੰਦਾ ਕਿ ਮੇਰਾ ਪੁੱਤ ਵੀ ਇਸੇ ਤਰ੍ਹਾਂ ਜਦੋਂ ਉਹ ਸਰਵਿਸ ਕਰਦੇ ਸਨ ਉਹਨਾਂ ਨੇ ਆਦੇ ਜਿਨ੍ਹਾਂ ਤੋਂ ਟ੍ਰੇਨਿੰਗ ਲੈਂਦੇ ਸੀ ਫੌਜੀ ਸਾਹਿਬ ਉਰੀ ਇੱਥੇ ਖੜੇ ਹੈ ਉਹਨਾਂ ਨੇ ਉਹਨਾਂ ਨੇ ਦੱਸਿਆ ਕਿ ਮੇਰੀ ਵੀ ਮੇਰੀ ਇੱਛਾ ਹੈ ਕਿ ਮੇਰਾ ਪੁੱਤ ਵੀ ਕਦੇ ਨਾ ਕਦੇ ਇਸੇ ਤਰ੍ਹਾਂ ਦੇਸ਼ ਦੀ ਸੇਵਾ ਕਰੇ ਤੇ ਅਸੀਂ ਯਾਰ ਸ਼ਹੀਦੀ ਪ੍ਰਾਪਤ ਕਰੀਏ ਸੋ ਮੈਂ ਸਮਝਦਾ ਕਿ ਅੱਜ ਦੇ ਇਸ ਦੌਰ ਦੇ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਵਾਲੇ ਵਿਅਕਤੀ ਜਿਹੜੇ ਹੈ ਉਹ ਟਾਵੇਂ ਟਾਵੇਂ ਬਚ ਗਏ ਨੇ ਜਿਹੜੇ ਦੇਸ਼ ਪ੍ਰਤੀ ਕੌਮ ਪ੍ਰਤੀ ਆਪ ਦੇ ਲੋਕਾਂ ਦੇ ਪ੍ਰਤੀ ਸਮਰਪਿਤ ਹੋਣ ਔਰ ਇਹ ਭਾਵਨਾ ਰੱਖਣੀ ਤਾਂ ਬਹੁਤ ਮਤਲਬੀ ਮੈਂ ਸਮਝਦਾ ਕਿ ਜ਼ਮਾਨਾ ਹੋ ਗਿਆ ਹੈ ਹਰ ਵਿਅਕਤੀ ਆਪਣੀ ਆਪਣੀ ਗੱਲ ਕਰਦਾ ਹੈ ਦੇਸ਼ ਦੀ ਗੱਲ ਕਰਨ ਲਈ ਕੋਈ ਤਿਆਰ ਨਹੀਂ ਹੈ ਸੋ ਅੱਜ ਉੱਥੇ ਨਕਮਸਤਕ ਹੋਣ ਵਾਸਤੇ ਪਰਿਵਾਰ ਨਾਲ ਹਮਦਰਦੀ ਕਰਨ ਅਸੇ ਆਇਆ ਸੀ ਪਤਾ ਲੱਗਿਆ ਸਰਕਾਰ ਨੇ ਪਹਿਲਾਂ ਤੋਂ ਇਹ ਜਿਹੜੀ ਰਵਾਇਤ ਚੱਲਦੀ ਆਉਂਦੀ ਹੈ ਸ਼ਹੀਦਾਂ ਦੇ ਲਈ ਰਾਸ਼ੀ ਦਿੱਤੀ ਹੈ ਮੈਂ ਸਮਝਦਾ ਕਿ ਉਹਨਾਂ ਦੀ ਸ਼ਹਾਦਤ ਦੇ ਸਾਹਮਣੇ ਇਹੋ ਜੀ ਰਾਸ਼ੀ ਕੰਮ ਨਹੀਂ ਕਰਦੀਆਂ ਲੇਕਿਨ ਹਾਂ ਪਰਿਵਾਰ ਦਾ ਇਹਦੇ ਨਾਲ ਮੈਂ ਸਮਝਦਾ ਕਿ ਵਕਤ ਬੀਤ ਜਾਂਦਾ ਲੰਘ ਜਾਂਦਾ ਚਲੋ ਇਹਨੇ ਨਾ guzara ਉਸ ਪਰਿਵਾਰ ਦਾ ਹੋ ਜਾਂਦਾ ਇਹ ਚੰਗੀ ਗੱਲ ਹੈ ਮੈਂ ਸਰਕਾਰ ਦਾ ਧੰਨਵਾਦ ਵੀ ਕਰਦਾ ਹਾਂ ਔਰ ਇੱਕ ਹੋਰ ਬੇਨਤੀ ਕਰਾਂਗਾ ਕਿਉਂਕਿ ਨਾਲ-ਨਾਲ ਜਿੱਥੇ ਆਰਥਿਕ ਮਦਦ ਕੀਤੀ ਹੈ ਸਰਕਾਰ ਨੂੰ ਜ਼ਰੂਰ ਚਾਹੀਦਾ ਕੀ ਉਹਨਾਂ ਦੀ ਧਰਮ ਸਪਤਨੀ ਨੂੰ ਅ ਕਿਸੇ ਪ੍ਰਕਾਰ ਦੀ ਨੌਕਰੀ ਜਿਸ ਪ੍ਰਕਾਰ ਅਸੀਂ ਪਿਛਲੀ ਸਰਕਾਰ ਸਮੇਂ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਉਹਨਾਂ ਲੋਕਾਂ ਨੂੰ ਜਿਹੜੇ 6-700 ਲੋਕ ਸ਼ਹੀਦ ਹੋਏ ਸਨ ਤੇ ਉਹਨਾਂ ਨੂੰ ਉਹਨਾਂ ਦੀ ਵਿਦਿਆ ਦੇ ਮੁਤਾਬਕ ਜੇ 10ਵੀਂ ਪਾਸ ਹੈ 12ਵੀਂ ਪਾਸ ਹੈ ਅਸੀਂ ਉਹਨਾਂ ਨੂੰ ਫਿਰ ਮਾਰਕ ਕਮੇਟੀ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਪੀਓਨ ਦੀ ਡਿਊਟੀ ਤੇ ਹੋਰ ਚਲੋ ਛੋਟੇ-ਬੁਟੇ ਕਲਰਕ ਦੀ ਡਿਊਟੀ ਉਹ ਦਿੱਤੀ ਸੀ ਜਿਹਦੀ ਚੰਗੀ ਵਧੀਆ 18 ਤੋਂ 20 ਹਜ਼ਾਰ ਤਨਖਾਹ ਸੋ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਕਿ ਕਿਰਪਾ ਕਰਕੇ ਇਹਦੇ ਤੇ 100% ਵਿਚਾਰ ਕੀਤਾ ਜਾਵੇ ਕਿਉਂਕਿ ਇਸ ਤੋਂ ਵੱਡੀ ਕੋਈ ਹੋਰ ਸ਼ਹਾਦਤ ਹੋ ਨਹੀਂ ਸਕਦੀ ਪਥੇਰੇ ਥਾਵਾਂ ਤੇ ਅਸੀਂ ਉੱਥੇ ਪੈਸੇ ਲਾਈ ਜਾਂਦੇ ਹਾਂ ਉੱਥੇ ਪੈਸੇ ਲਾਈ ਜਾਂਦੇ ਆ ਬਹੁਤ ਸਾਰਾ ਅਸੀਂ ਪੈਸਾ ਇੱਧਰ ਉੱਧਰ ਖਰਾਬ ਵੀ ਕਰ ਦਿੰਦੇ ਆ ਲੇਕਿਨ ਇਹ ਮੈਨੂੰ ਲੱਗਦਾ ਕਿ ਪਰਿਵਾਰ ਦੇ ਕਿਤੇ ਨਾ ਕਿਤੇ ਲੇਖੇ ਲੱਗ ਜਾਏਗਾ ਨੌਕਰੀ ਅਗਰ ਆਪਾਂ ਅਸੀਂ ਉਹਨਾਂ ਨੂੰ ਮਿਲ ਜਾਏ ਤਾਂ ਇਹਨੇ ਨਾਲ ਦਿਹਾੜੀ ਦੀ ਹੜਾ ਦਿਹਾੜੀ ਤੇ ਟਾਈਮ ਪਾਸ ਚੰਗਾ ਹੋ ਜਾਂਦਾ ਮਤਲਬ ਕਿ ਰੋਜ਼ ਕੰਮ ਤੇ ਜਾਣਾ ਬੰਦਾ ਜੀ ਲੱਗ ਜਾਂਦਾ ਕਿਸੇ ਕੰਮ ਤੇ ਆਰੇ ਲੱਗ ਜਾਂਦਾ ਸੋ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਕਿ ਉਹ ਨੌਕਰੀ ਇਸ ਪਰਿਵਾਰ ਨੂੰ ਜ਼ਰੂਰ ਵਰਿੰਦਰ ਸਾਹਿਬ ਪਾਰਟੀ ਵੱਲੋਂ ਵੀ ਕੋਈ ਸਹਾਇਤਾ ਕੀਤੀ ਜਾਂਦੀ ਹਾਂ ਜੀ ਪਾਰਟੀ ਵੱਲੋਂ ਵੀ ਸਹਾਇਤਾ ਕੀਤੀ ਜਾਂਦੀ ਹੈ ਪਾਰਟੀਆਂ ਨੂੰ ਇਸ ਤਰ੍ਹਾਂ ਦਾ ਕਿਸੇ ਪ੍ਰਕਾਰ ਦਾ ਕੋਈ ਸਾਡੇ ਕੋਲੇ ਨਾਮ ਕੋਈ ਐਸਾ ਫੜ ਨਹੀਂ ਹੁੰਦਾ ਪਰ ہاں ਪਰਿਵਾਰ ਨੂੰ ਸਾਡੇ ਮੈਡਮ ਇੱਥੇ ਕੰਟੈਸਟਡ ਅ ਕੈਂਡੀਡੇਟ ਮਾਲਿਕਾ ਸੂਤ ਜੀ ਹੈਗੇ ਆ ਕਿਸੇ ਪ੍ਰਕਾਰ ਦੀ ਅਗਰ ਆਰਥਿਕ ਮਦਦ ਦੀ ਸਾਡੇ ਤੋਂ ਜ਼ਰੂਰਤ ਹੋਏਗੀ ਆਪਦੀ ਨਿੱਜੀ ਤੋਂ ਤਾਂ ਜ਼ਰੂਰ ਇਹਨਾਂ ਨੂੰ ਅਸੀਂ ਆਪਦੀ 1 ਮਹੀਨੇ ਦੀ ਤਨਖਾਹ ਹੈ ਜਿਹੜੀ ਹੈ ਮੈਂ ਆਪਦੇ ਨੂੰ ਕਿ ਜਿਹੜੀ ਆਉਂਦੀ ਹੈ ਉਹ ਮੈਂ ਮਾਲਿਕਾ ਸੂਤ ਜੀ ਨੂੰ ਭੇਜਾਂਗਾ ਤੇ ਉਹ ਇਹਨਾਂ ਨੂੰ ਦੇ ਦੇਣਗੇ ਫਿਰ ਵੀ ਇਸ ਤੋਂ ਬਾਅਦ ਵੀ ਕਿਸੇ ਪ੍ਰਕਾਰ ਦੀ ਹੋਰ ਮਦਦ ਦੀ ਲੋੜ ਹੋਈ ਤਾਂ ਜ਼ਰੂਰ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ